ਜਿੱਥੇ ਜਿੱਥੇ ਗੱਟ ਹੋਈ ਉੱਥੇ ਉੱਥੇ ਪੂਰੀ ਹੁੰਦੀ ਜਾਏਗੀ। ਇਨਾਮ ਨਹੀਂ ਕਰਦਾ ਬੜਾ ਵੱਡਾ ਇਹਨਾਂ 'ਚ ਇਹਨਾਂ 'ਚ। ਅਤੇ ਜੋ ਗਾਜਰਾਂ ਨਾ, ਗਾਜਰਾਂ ਤਾਂ ਮਾਸ਼ਾਅੱਲਾ ਆਏ ਅੰਮੀ ਹੋਰਾਂ ਦੀ ਰੋਟੀ ਹੈਗੀ। ਅੰਮੀ ਜਾਨ, ਬਿਸਮਿਲ੍ਲਾਹਿ ਰਹਿਮਾਨ ਰਹੀਮ, ਅਸਲਾਮ ਅਲੈਕੁਮ। ਮੈਂ ਤਮਾਮ ਭੈਣਾਂ ਭਾਈਓ, ਕੀ ਹਾਲ ਹੈ ਤੁਹਾਡਾ? ਸਭ ਦਾ ਉਮੀਦ ਕਰਦਾ ਤੁਸੀਂ ਠੀਕ ਹੋ। ਅਲਹਮਦੁਲਿਲ੍ਲਾਹ, ਮੈਂ ਬਿਲਕੁਲ ਠੀਕ ਠਾਕ ਹਾਂ। ਅਤੇ ਅੱਜ ਦਾ ਵਲੌਗ ਸਟਾਰਟ ਕਰਨ ਤੋਂ ਪਹਿਲੇ ਮੇਰੇ ਤਮਾਮ ਭੈਣਾਂ ਭਾਈਆਂ ਇੱਕ ਛੋਟੀ ਜਿਹੀ ਰਿਕੁਐਸਟ ਹੈ ਕਿ ਜੋ ਭੈਣ ਭਾਈ ਮੇਰੇ ਚੈਨਲ 'ਤੇ ਨਵੇਂ ਆਏ ਹੈਗੇ ਉਹਨਾਂ ਨੂੰ ਵੈਲਕਮ, ਅਤੇ ਬਰਾਏ ਮਿਹਰਬਾਨੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਨਾਲ ਹੀ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਮੇਰੀ ਹਰ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਨਾ ਬਾਸਾਨੀ ਪਹੁੰਚ ਸਕੇ। ਅਤੇ ਹਲਕੀ ਫੁਲਕੀ ਜੋ ਹੈ ਨਾ ਧੁੱਪ ਵੀ ਨਿਕਲ ਆਈ ਹੈ, ਜੋ ਹੈ ਨਾ ਸੂਰਜ ਨਿਕਲਿਆ ਤਾਂ ਹੈ ਲੇਕਿਨ ਠੰਡਾ ਹੈਗਾ ਇਸ ਟਾਈਮ। ਬਾਕੀ ਅੱਲਾ ਕਰਮ ਕਰਦਾ ਅਤੇ ਧੁੰਦ ਵਗੈਰਾ ਲੈ ਜਾਂਦੀ ਹੈ ਨਾ, ਅਤੇ ਧੁੱਪ ਮਾਸ਼ਾਅੱਲਾ ਬਿਹਤਰੀਨ ਨਿਕਲ ਆਏਗੀ। ਬਾਕੀ ਧੁੱਪ ਨਿਕਲੀ ਅਤੇ ਅਸੀਂ ਵੀ ਨਾ ਜੋ ਬਿਸਤਰੇ ਨਾ ਬਿਸਤਰਿਆਂ ਦੀ ਪੜਾਈ ਕਰਾਈ ਹੋਈ ਆਈ ਅਤੇ ਉਹਨਾਂ ਦੀ ਜੋ ਹੈ ਨਾ ਸਿਲਾਈ ਵਗੈਰਾ ਕਰ ਰਹੇ ਹੈਗੇ। ਅਤੇ ਬੇਗਮ ਸਾਹਿਬ ਜੋ ਹੈ ਨਾ ਮੂੰਹ ਸੀ ਰਹੀ ਹੈ ਇਸ ਟਾਈਮ ਬਿਸਤਰੇ ਦਾ ਵਿੱਚ। ਇਹ ਦੇਖੋ ਰੂਮ ਵਗੈਰਾ ਪੰਜਾਬ ਜੋ ਕਿ ਨਾ ਵਿੱਚ ਪਾਈ ਕਿੰਨੀ ਸੋਫਟ ਸੋਫਟ ਅਤੇ ਕਿੰਨੀ ਕੋਲੀ ਕੋਲੀ ਹੈਗੀ। ਅਤੇ ਇਹਦੀ ਹੁਣ ਉੱਤੋਂ ਕਟਾਈ ਹੋਵੇਗੀ, ਸਦੇ ਸਾਰੇ ਰੂਮ ਸਿੱਧੀ ਪੱਧਰੀ ਕਰਕੇ ਨਾ ਫਿਰ ਇਹਦੀ ਐਂ ਕਰਕੇ ਨਾ ਸਿਲਾਈ ਸਾਰੀ ਹੋਵੇਗੀ। ਕਿਉਂ ਅੰਮੀ ਜਾਨ? ਹਾਲੀ ਬਹੁਤ ਪਈਆਂ ਹੋਈਆਂ ਹੈਗੀਆਂ ਕਿਉਂਕਿ ਆਪਦੀਆਂ ਤਾਂ ਹੈ ਨਾ ਆਪਾਂ ਕੋਲ, ਬਾਕੀ ਮਹਿਮਾਨਾਂ ਵਾਸਤੇ ਕੋਈ ਨਹੀਂ ਕਿਉਂਕਿ 100 ਮਹਿਮਾਨ ਆਪ ਆ ਗਏ ਹਾਂ। ਇਹ ਨਾ ਮਹਿਮਾਨ ਆਵੇ ਤਾਂ ਬੰਦਾ ਲੋਕਾਂ ਦੇ ਬੂਹੇ ਤੇ ਕਰਿਆ ਵਰਤੇ। ਅੱਗੇ ਦੇਸਣੀ ਰੂਹਾਂ ਆਮ ਆਉਂਦੀਆਂ ਬੜੀ ਰੱਖੀ ਹੁੰਦੀਆਂ, ਹੁਣ ਕਰਮਾ ਹੀ ਨਹੀਂ ਲਵਿੰਦਾ ਪਿਆ। ਕੋਈ ਨਹੀਂ ਰੂਹਾਂ ਮਤਲਬ ਹੁਣ ਤਾਂ ਕੋਈ ਨਹੀਂ, ਰੂਹਾਂ ਵਗੈਰਾ ਕੋਈ ਨਹੀਂ ਲੱਭਦੀ, ਹੁਣ ਤਾਂ ਰੂਹ ਲੱਭਦੀ ਹੈ ਤੇ ਨਾਲ ਲਵਿੰਦੀ ਹੈ। ਹਾਂ ਲੱਭੇ ਹੁਣ ਇੱਕ ਜ਼ਾਇ ਦੇ ਵਿੱਚ ਰੂਹਾਂ ਅੱਗੇ ਰੂਹ ਲਾਏ ਆਪ ਦੀ ਹੁੰਦੇ ਰੱਖ ਕੇ ਤੇ ਵੇਲਣੇ ਹੁੰਦੇ ਹਨ ਉਹਨਾਂ ਤੇ ਵੇਲ ਕੇ। ਹਾਂਜੀ ਇਹ ਉਹ ਰੂਮ ਰੱਖੀ ਹੋਈ ਹੈ ਤੇ ਉਹਨਾਂ ਦੀ ਸੋਤਾਂ ਭਰੀਆਂ ਹੋਈਆਂ। ਹਾਂ ਅੱਗੇ ਤਾਂ ਰੂਹਾਂ ਸਸਤੀ ਹੋਈਆਂ, ਹੁਣ ਤਾਂ ਲਵਿੰਦੀ ਨਹੀਂ ਵੇਲਣੇ ਹੁੰਦੇ ਹਨ ਇੱਡੇ ਦੇ ਨਿੱਕੇ ਨਿੱਕੇ ਤੋਂ ਲੱਠਾਂ ਨਾਲ ਉਹ ਮੁੜਨ ਦੇ ਨਾਲ ਵੀ ਲਿੰਦੀ ਆਈ ਰੂਹ। ਹੁਣ ਤਾਂ ਕੋਈ ਨਹੀਂ, ਹੁਣ ਤਾਂ ਮਸ਼ੀਨਾਂ ਨਿਕਲੀ ਹੋਈਆਂ ਨੇ ਉੱਥੇ, ਜਿਹੜਾ ਜਾ ਕੇ 5 ਮਿੰਟ ਲੱਗਦੇ ਹਨ ਰੂਮ ਪੰਜਾ ਕੇ ਆਪਦੇ ਬਿਸਤਰੇ ਭਰ ਕੇ। ਹੁਣ ਤਾਂ ਸਾਰੀਆਂ ਵਸੂਲਤਾਂ ਨੇ ਤੇ ਕਾਈ ਵਸੂਲਾਂ ਤੇ ਕੋਈ ਨਹੀਂ ਆਈ, ਸਾਰੇ ਕੰਮ ਮੱਥਾਂ ਤੇ ਕਰੀਂਦੇ ਆ। ਹਾਂ ਪੁਰਾਣੇ ਜ਼ਮਾਨੇ ਵਿੱਚ ਜੋ 100 ਟੋਟਲ ਕੰਮ ਹੁੰਦੇ ਹਨ ਸਾਰੇ ਹੱਥਾਂ 'ਤੇ ਹੁੰਦੇ ਹਨ, ਰੂਮ ਵੇਲਣੀ ਅਤੇ ਉਸ ਤੋਂ ਬਾਅਦ ਜੋ ਹੈ ਕਣਕ ਦੀ ਜੋ ਹੈ ਨਾ ਕਣਕ ਦੀ ਗਾਈ ਵੀ ਹੱਥਾਂ 'ਤੇ ਹੀ ਹੁੰਦੀ ਹੈ, ਡੱਗਿਆਂ ਵਗੈਰਾ 'ਤੇ ਉਹ ਥੱਲੇ ਸੁੱਟ ਦਿੰਦੇ ਉੱਤੇ ਡੱਗੇ ਜੋ ਹੈ ਨਾ ਦਾਂਦ ਉਹ ਚੱਲਦੇ ਰਹਿੰਦੇ ਹਨ ਅਤੇ ਉਹ ਕਣਕ ਇਸ ਤਰ੍ਹਾਂ ਵੀ ਉਹ ਕੱਢਦੇ ਹਨ। ਬਾਕੀ ਉਹਨਾਂ ਸੋਟੀ ਨਾਲ ਰਜਾਈ ਨੂੰ ਉੱਤੋਂ ਦੀ ਕੁਟਾਈ ਹੋ ਰਹੀ ਵੀ ਜਿੱਥੇ ਰੂਹ ਘੱਟ ਹੈ ਨਾ ਉੱਥੇ ਸੋਟੀ ਨਾਲ ਹੀ ਤੋਰ ਕੇ ਲੈ ਕੇ ਜਾ ਕੇ ਨਾ ਪੂਰੀ ਕਰਨੀ ਹੈ ਇਸ ਤਰ੍ਹਾਂ ਵੀ ਹੈ ਜਿਵੇਂ ਹੋ ਰਹੀ ਹੈ। ਜਿੱਥੇ ਜਿੱਥੇ ਘੱਟ ਹੋਈ ਉੱਥੇ ਉੱਥੇ ਪੂਰੀ ਹੁੰਦੀ ਜਾਏਗੀ। ਅਤੇ ਨਾ ਹੁਣ ਬਾਜੀ ਹੋਰਾਂ ਨੂੰ ਬੁਲਾਇਆ ਅਸੀਂ, ਸਿਰਫ ਜੋ ਹੈ ਨਾ ਬਿਸਤਰੇ ਦੀ ਕੁਟਾਈ ਵਗੈਰਾ ਕਰਕੇ ਨਾ ਰੂਮ ਸਿੱਧੀ ਪੱਧਰੀ ਕਰਦੇ ਸੀ ਕਿਉਂਕਿ ਬੇਗਮ ਸਾਹਿਬ ਕੋਲ ਹੋਈ ਨਹੀਂ, ਅਤੇ ਅੰਮੀ ਹੋਰਾਂ ਦੱਸਿਆ ਤਾਂ ਕਾਫੀ ਹੈ ਮਸ਼ਵਰੇ ਦਿੱਤੇ ਨੇ ਲੇਕਿਨ ਹੋਈ ਨਹੀਂ। ਅਤੇ ਬਾਜੀ ਨੂੰ ਬੁਲਾਇਆ ਵੀ ਉਹ ਨਾ ਵੀ ਵਿੱਚੋਂ ਰੂਮ ਸਿੱਧੀ ਪੱਧਰੀ, ਕਿਉਂਕਿ ਜੋ ਹੈ ਨਾ ਰੂਈ ਇੱਕੋ ਜਿਹੀ ਹੋਣੀ ਚਾਹੀਦੀ ਕਿਉਂਕਿ ਜਿੱਥੇ ਗੱਟ ਹੋਵੇ ਉੱਥੋਂ ਫਿਰ ਸਰਦੀ ਲੱਗਦੀ ਹੈ ਪਾਲਾ ਪੂਲਾ ਉੱਥੋਂ, ਕਿਉਂਕਿ ਉੱਥੇ ਰੂਹ ਗੱਟ ਹੋਣੀ ਨਾ ਫਿਰ ਸਹੀ ਨਹੀਂ ਕੰਮ ਹੁੰਦਾ। ਬਾਕੀ ਹੁਣ ਬਾਜੀ ਨਾ ਕੁਟਾਈ ਕਰਦੀ ਪਏਗੀ ਅਤੇ ਉਸ ਤੋਂ ਬਾਅਦ ਜੋ ਹੈ ਨਾ ਇਹਦੀ ਸਿਲਾਈ ਕਰਨੇ ਆ ਮੁਕੰਮਲ, ਜੋ ਹੈ ਨਾ ਬਿਸਤਰਾ ਤਿਆਰ ਕਰਨੇ ਆ। ਅਤੇ ਹਾਲੇ ਤੀਕਰ ਅੰਮੀ ਹੋਰੀ ਮਸ਼ਵਰੇ ਬਾਜੀ ਹੋਰਾਂ ਨੂੰ ਦੇ ਰਹੇ ਨੇ, ਹਾਲਾਂਕਿ ਬਾਜੀ ਹੋਰਾਂ ਨੂੰ ਸਾਰਾ ਪਤਾ ਹੈਗਾ ਅੰਮੀ ਦਾ ਕੰਮ ਹੈ ਮਸ਼ਵਰੇ ਦੇਣਾ ਸਿਰਫ ਬਹਿ ਕੇ, ਨਹੀਂ ਸਾਰੀ ਜ਼ਿੰਦਗੀ ਤਾਂ ਨਹੀਂ, ਸਾਰੀ ਜ਼ਿੰਦਗੀ ਕੰਮ ਵੀ ਕੀਤਾ ਹੈ, ਉਹ ਕੰਮ ਉਹਦੇ ਕੋਲ ਹੁੰਦਾ ਨਹੀਂ ਨਾ ਹੁਣ। ਬਾਕੀ ਮਾਸ਼ਾਅੱਲਾ ਹੁਣ ਦੇਖੋ ਹੁਣ ਲੇਵਲ ਹੋਇਆ ਜਾਂਦਾ ਸਾਰਾ। ਬਾਕੀ ਇਹ ਹੁਣ ਇਹਦਾ ਲੇਵਲ ਹੋ ਜਾਂਦਾ ਰੂਮ ਦਾ, ਅਤੇ ਉਸ ਤੋਂ ਬਾਅਦ ਜੋ ਹੈ ਨਾ ਇਹਦੀ ਉਹ ਕਰਨੇ ਆ ਤੁਰਪਾਈ। ਬਾਕੀ ਦੇਖੋ ਮਾਸ਼ਾਅੱਲਾ ਸਿਲਾਈਆਂ ਲੱਗ ਰਹੀਆਂ ਹੈਗੇ, ਕੈਮਰੇ ਨੂੰ ਕੀ ਹੋ ਗਿਆ ਜੀ ਪਤਾ ਨਹੀਂ, ਖਰਾਬ ਹੋਇਆ ਖਿਲਾ ਹੈਗਾ। ਬਾਕੀ ਹੇਕ ਸਿਲਾਈ ਰਹਿੰਦੀ ਅਤੇ ਬਿਸਤਰੇ ਦੀ ਜੋ ਹੈ ਨਾ ਮੁਕੰਮਲ ਤੁਰਪਾਈ ਹੋ ਗਈ। ਮੇਰਾ ਕੈਮਰਾ ਖਰਾਬ ਹੋ ਗਿਆ ਨਾ ਮੋਬਾਈਲ ਦਾ, ਸਹੀ ਹੋਵੇ ਜਿਮਕੀਆਂ ਜੀ ਮਾਰੇ ਨੂੰ ਹੋ ਗਿਆ, ਪਤਾ ਨਹੀਂ ਕੀ ਮਸਲਾ ਬਣਿਆ। ਬਾਕੀ ਮਾਸ਼ਾਅੱਲਾ ਜੋ ਰਜ਼ਾਈ ਹੈ ਨਾ ਰਜ਼ਾਈ ਤਾਂ ਇਸ ਟਾਈਮ ਕੰਪਲੀਟ ਹੋ ਚੁੱਕੀ ਹੈ ਮੁਕੰਮਲ ਤੌਰ 'ਤੇ, ਬਹੁਤ ਮਿਹਨਤ ਬਹੁਤ ਹੁੰਦੀ ਇਹਦੇ 'ਤੇ, ਹੋਰ ਮਸਲਾ ਨਹੀਂ ਮਿਹਨਤ ਬਹੁਤ। ਹਾਂ
ਬਾਕੀ ਜੀ ਅਲਹਮਦੁਲਿਲਾ ਮੈਂ ਆਇਆ ਹੈਗਾ ਇੱਥੇ ਬਾਹਰ ਅਤੇ ਦੇਖੋ ਮਾਸ਼ਾਅੱਲਾ ਸਰਸੋਂ ਕਿੰਨੀ ਪਿਆਰੀ ਖਲੀ ਹੈਗੀ ਅਤੇ ਉੱਤੇ ਮੱਖੀ ਵੀ ਬੈਠੀ ਅਤੇ ਇਹ ਹੈਗੀ ਪਕਾਵੀ ਸਰਿਓਂ ਅਤੇ ਇਹਦਾ ਨਾ ਤੇਲ ਸਰਿਓਂ ਦਾ ਨਿਕਲਦਾ ਹੈਗਾ ਅਤੇ ਬਾਕੀ ਮਾਸ਼ਾਅੱਲਾ ਦੂਜੀ ਧੋਇਆ ਨਾ ਉਹ ਹੈਗੀ ਛਿਤਾਲੇ ਵਿੱਚ ਮੱਝਾਂ ਨੂੰ ਪਾਉਣ ਵਾਸਤੇ ਮਾਸ਼ਾਅੱਲਾ ਛਿਤਾਲਾ ਮਤਲਬ ਛਿਤਾਲਾ ਅਤੇ ਨਾਲ ਇਹਦੇ ਨਾ ਧਨੀਆ ਵਗੈਰਾ ਵੀ ਬੀਜੀ ਵੀ ਮਾਸ਼ਾਅੱਲਾ ਇੰਨਾ ਪਿਆਰਾ ਮਾਹੌਲ ਹੈ ਅਤੇ ਨਾਲ ਮੇਥੀ ਅੱਛਾ ਸਬਜ਼ੀ ਸੁਬਜ਼ੀ ਦਾ ਬੰਦੋਬਸਤ ਜੋ ਹੈ ਨਾ ਸਾਰੇ ਇੱਥੇ ਨਾਲ ਉਹਦੇ ਲਹਿਸਣ ਵਗੈਰਾ ਵੀ ਮਾਸ਼ਾ ਹੈ ਮੇਥੀ ਕਿੰਨੀ ਖੂਬਸੂਰਤ ਖਲੀ ਹੈ ਜੀ ਕਿੰਨੀ ਸਗਣੀ ਸਗਣੀ ਕਿੰਨੀ ਪਿਆਰੀ ਅਤੇ ਇਹਦੇ ਲਹਿਸਣ ਨਾ ਕਾਫੀ ਪਿਆਰਾ ਹੋਇਆ ਸੀ ਕਾਫੀ ਖੂਬਸੂਰਤ ਅਤੇ ਹੋਰ ਹੀ ਪਾਲਕ ਵਗੈਰਾ ਵੀ ਗੱਡੀ ਹੋਈ ਹੈਗੀ ਅਤੇ ਉਹ ਹੈਗੀਆਂ ਗਾਜਰਾਂ ਗਾਜਰਾਂ ਵੀ ਬਾਈ ਹੋਰਾਂ ਕਾਫੀ ਗੱਡੀਆਂ ਹੋਈਆਂ ਬਾਈ ਸਾਨ ਹੋਰ ਚਾਰ ਕਨਾਲ ਹੈ ਕਾਫੀ ਤਾਂ ਨਹੀਂ ਆਈ ਚਾਰ ਕਨਾਲ ਹੈ ਅਤੇ ਦੇਖੋ ਗਾਜਰ ਵਗੈਰਾ ਹੋਈ ਵੀ ਹੈ ਕਿ ਕੋਈ ਨਹੀਂ ਹੋਈਆਂ ਖਲੀਆਂ ਹੈਗੀਆਂ ਕਾਫੀ ਹੋਈਆਂ ਖਲੀਆਂ ਨੇ ਮਾਸ਼ਾਅੱਲਾ ਅਤੇ ਇਹਨਾਂ ਦੇ ਮੌਸਮ ਆਇਆ ਖਾਇਆ ਪੱਟਣ ਵਾਲਾ ਬਾਕੀ ਪੱਟ ਕੇ ਦੇਖੀਏ ਮੁਸ਼ਕਿਲ 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 ਹੈ ਇਹ ਦੇਖ ਟੁੱਟ ਗਏ ਟੁੱਟ ਗਏ ਅਤੇ ਮੁਸ਼ਕਿਲ ਪੱਟੀਆਂ ਜਾਂਦੀਆਂ ਨਾ ਇੰਜੀ ਪਟੀਣੀ ਹੈ ਪੱਟੀ ਐਡੀਆਂ ਐਡੀਆਂ ਹੋ ਗਈਆਂ ਗਾਜਰਾਂ ਹੁਣ ਇਹਨਾਂ ਨੇ ਦੋਨੇ ਆ ਦੋ ਕੇ ਚਲੋ ਗਾਜਰ ਦਿਖਾਈਏ ਨਾ ਮਾਸ਼ਾ ਐਡੀਆਂ ਐਡੀਆਂ ਹੋ ਗਈਆਂ ਅਤੇ ਹੋਰ ਕੁਛ ਦਿਨਾਂ ਤੀਕਰ ਕਾਫੀ ਹੋ ਜਾਣਗੀਆਂ ਪੱਟਣ ਵਾਲੀਆਂ ਬਸ 10-15 ਦਿਨਾਂ ਵਿੱਚ ਇਹਨਾਂ ਦੀ ਪਟਾਈ ਸ਼ੁਰੂ ਹੋ ਜਾਏ ਅਤੇ ਬਾਈ ਸਾਹ ਨਹੀਂ ਵਧਾ ਅਤੇ ਖਾਦ ਪੈਂਦਾ ਵਧਾ ਗੰਦਾ ਮਿਰਚ ਗਾਜਰਾਂ ਦਾ ਬਾਈ ਸਾਹ ਤੇਰੀਆਂ ਕਾਫੀ ਵੱਡੀਆਂ ਵੱਡੀਆਂ ਹੋਈਆਂ ਖਲੀਆਂ ਹੈ ਨਾ ਹਾਂ ਫੁੱਲ ਗਾਜਰਾਂ ਹੋ ਜਾਣੀਆਂ ਹੈ ਨਾ ਬਾਕੀ ਇਹ ਕਿ ਉਹ ਪਾਣੀ ਪੂਣੀ ਲਾਉਣ ਲੱਗੇ ਹਾਂ ਸਹੀ ਡੀ ਏ ਪੀ ਹੈਗੀ ਬਾਕੀ ਖਾਲੇ ਗਾਜਰਾਂ ਤੋਂ ਬਸ ਉਸ ਖਾਲੇ ਚਲੋ ਮੈਂ ਜਾਣਾ ਪਤਾ ਕਰਨਾ ਨਾ ਉੱਥੇ ਸੁਰ ਚਿੰਨਿਆਂ ਜੇ ਪਾਣੀ ਖਲਾਏ ਅਤੇ ਆਹ ਪਾਣੀ ਤਾਂ ਨਾ ਕਾਫੀ ਖਲਾ ਹੋਇਆ ਹੈਗਾ ਅਤੇ ਇੱਥੇ ਦੋਨੇ ਆ ਗਾਜਰਾਂ ਫਿਲਹਾਲ ਅਤੇ ਜੋ ਗਾਜਰਾਂ ਨਾ ਗਾਜਰਾਂ ਤਾਂ ਮੈਂ ਦੋ ਲਈਆਂ ਹੈਗੀਆਂ ਦੇਖੋ ਕਿੰਨੀਆਂ ਸਾਫ਼ ਹੋ ਗਈਆਂ ਅਤੇ ਲਾਲ ਲਾਲ ਹੋ ਗਈਆਂ ਹੈਗੀਆਂ ਅਤੇ ਉਹ ਭਾਈ ਸਾਹ ਨੇ ਨਾ ਖਾਦ ਪਾਉਣ ਲੱਗਾ ਹੈਗਾ ਹੁਣ ਮਾਸ਼ਾਅੱਲਾ ਇਹਦੇ ਫੁੱਲ ਦੇਖੋ ਕਿੰਨੇ ਪਿਆਰੇ ਸਰਸੋਂ ਦੇ ਦੇਖੋ ਮਾਸ਼ਾਅੱਲਾ ਹੈਗੀ ਦੂਜੀ ਦੇਸੀ ਸਰਿਓਂ ਡੀ ਏ ਪੀ ਖਾਦ ਕੀ ਚੀਜ਼ ਇਹਨਾਂ ਤਾਂ ਨਾਮ ਨਿਕਲਦਾ ਬੜਾ ਵੱਡਾ ਇਹਨਾਂ 'ਤੇ ਇੰਨਾ ਚਿੱਟਾ ਖੁਰਚ ਕੇ ਪਟਣੀ ਪਾਉਂਦੀ ਇਹਦੇ ਥੱਲੇ ਹੁੰਦਾ ਕਿਤੇ ਹੁੰਦਾ ਚਲੋ ਇਹਨੂੰ ਚੈੱਕ ਕਰਨੇ ਆ ਨਾ ਦੇਖਣੇ ਆ ਅਤੇ ਬਾਈ ਸਾਹ ਨਹੀਂ ਨਾ ਜੋ ਹੈ ਨਾ ਖਾਦ ਪਾਈ ਜਾਂਦਾ ਹੈਗਾ ਕਿਆਰੇ ਵਿੱਚ ਇਸ ਕਿਆਰੇ 'ਚ ਮੁਕੰਮਲ ਕਰੇਗਾ ਫਿਰ ਇਸ 'ਚ ਫਿਰ ਇੰਜੇ ਕਰਕੇ ਨਾ ਸਾਰੀ ਹੈ ਨਾ ਖਾਦ ਮੁਕੰਮਲ ਕਰੇਗਾ ਇਨਸ਼ਾਅੱਲਾ ਬਹੁਤ ਹੀ ਨਾ ਵੀ ਕੋਈ ਵੀ ਕੰਮ ਹੈ ਨਾ ਮਿਹਨਤ ਅਤੇ ਮੁਸ਼ੱਕਤ ਵਾਲਾ ਹੀ ਹੁੰਦਾ ਹੈਗਾ ਮਿਹਨਤ ਬਗੈਰ ਨਾ ਕੋਈ ਕੰਮ ਨਹੀਂ ਹੈਗਾ ਬਾਕੀ ਅੱਲਾਹ ਤਾਲਾ ਬਾਈ ਹੋਰਾਂ ਦੇ ਰਿਜ਼ਕ 'ਚ ਬਰਕਤ ਅਤਾ ਫਰਮਾਏ ਅੱਲਾਹ ਤਾਲਾ ਰਿਜ਼ਕ 'ਚ ਨਾ
ਤੇ ਰੋਜ਼ੀ 'ਚ ਬਰਕਤ ਤਾਂ ਫਰਮਾਇਆ, ਅੱਲਾਹ ਤਾਲਾ ਆਸਾਨੀਆਂ ਪੈਦਾ ਫਰਮਾਇਆ ਬਾਈ ਹੋਰਾਂ ਦੇ। ਅਤੇ ਬਾਕੀ ਹੁਣ ਨਾ ਚੱਲਦੇ ਹਾਂ ਘਰ ਫਿਲਹਾਲ, ਅਤੇ ਘਰ ਪਹੁੰਚ ਕੇ ਦੇਖਦੇ ਹਾਂ, ਭੁੱਖ ਬਹੁਤ ਲੱਗੀ ਹੋਈ ਹੈ ਜੀ, ਦੇਖਦੇ ਹਾਂ ਪੱਕਾ ਭੁੱਖ ਹੋਇਆ ਹੈ ਜਾਂ ਨਹੀਂ ਹੈ, ਕੁਝ ਆ ਕੇ ਸੋਚਦੇ ਹਾਂ। ਬਾਕੀ ਜੀ ਅਲਹਮਦੁਲਿਲਾ ਮੈਂ ਨਾ ਘਰ ਪਹੁੰਚਿਆ ਹੈਗਾ, ਅਤੇ ਬੇਗਮ ਸਾਹਿਬ ਕੋਈ ਨਾ ਕੋਈ ਚੀਜ਼ ਮੈਨੂੰ ਲੱਗਦਾ ਪਕਾ ਰਹੀ ਹੈਗੀ, ਅਤੇ ਮਾਸ਼ਾਅੱਲਾ ਰੋਟੀਆਂ ਪਾਕ ਰਹੀਆਂ ਹੈਗੀਆਂ। ਹਾਂਜੀ ਹਾਂਜੀ ਰੋਟੀਆਂ ਬਣਾਈਆਂ, ਅਤੇ ਨਾਲ ਸਾਲਨ ਸੁਲਨ ਵੀ ਹੈ ਕਿ? ਹਾਂਜੀ ਆਲੂ ਬਣਾਏ ਨੇ। ਅੱਛਾ ਅੱਛਾ ਜੀ, ਮਾਸ਼ਾਅੱਲਾ ਮਾਸ਼ਾਅੱਲਾ, ਸਾਲਨ ਤਾਂ ਪਿਆਰਾ ਪਿਆਰਾ ਬਣ ਗਿਆ ਹੈ। ਬਾਕੀ ਠੀਕ ਹੈਗਾ, ਸ਼ੁਕਰ ਹੈ ਅੱਲਾਹ ਤਾਲਾ ਦਾ, ਲੱਖ ਲੱਖ ਜੋ ਹੈ ਨਾ ਇੱਕ ਟਾਈਮ ਜੋ ਹੈ ਨਾ ਇੱਕ ਟਾਈਮ ਸੋਹਣਾ ਟੱਪ ਗਿਆ ਹੈਗਾ। ਅਤੇ ਬਾਕੀ ਮਾਸ਼ਾਅੱਲਾ ਅੰਮੀ ਹੋਰੀ ਬੈਠੇ ਹੋਏ, ਅਤੇ ਮੇਰਾ ਸੁਬਹਾ ਦਾ ਚਾਹ ਪੀਤੀ, ਪਾਵਰ ਬੈਂਕ ਵੀ ਜੋ ਹੈ ਨਾ ਇਹਦਾ ਹੀ ਸੈੱਲ ਖਤਮ ਹੋਏ ਪਏ, ਬਿਲਕੁਲ ਬੈਟਰੀ ਲੋ ਹੈਗੀ। ਅਸਲ ਵਿੱਚ ਮੈਂ ਨਾ ਮੋਬਾਈਲ ਪਾਵਰ ਬੈਂਕ 'ਤੇ ਚਾਰਜ ਕਰਨਾ, ਅਤੇ ਇਹਦੇ ਵਾਸਤੇ ਇੱਕ ਛੋਟਾ ਜਿਹਾ ਮੈਂ ਚਾਰਜ ਲਗਾਇਆ ਹੁੰਦੇ, ਅਤੇ ਇਹਨੂੰ ਫੁੱਲ ਕਰਨਾ, ਫਿਰ ਮੈਂ ਮੋਬਾਈਲ ਫੁੱਲ ਕਰਨਾ, ਕਿਉਂਕਿ ਮੇਰਾ ਮੋਬਾਈਲ ਦਾ ਜੋ ਚਾਰਜ ਹੈ ਨਾ ਚੋਰੀ ਹੋ ਗਿਆ ਸੀ, ਅਤੇ ਇਸ ਵਜ੍ਹਾ ਤੋਂ ਇਹ ਹੋਰ ਕਿਸੇ 'ਤੇ ਹੁੰਦਾ ਨਹੀਂ, ਪਾਵਰ ਬੈਂਕ 'ਤੇ ਹੋ ਜਾਂਦਾ, ਅਤੇ ਮੈਂ ਇਸ ਵਜ੍ਹਾ ਪਾਵਰ ਬੈਂਕ 'ਤੇ ਨਾ ਮੋਬਾਈਲ ਚਾਰਜ ਕਰਨਾ ਆਪਣਾ। ਬਾਕੀ ਸੋਨਾ ਅੱਲਾਹ ਤਾਲਾ ਕਰਮ ਕਰੇਗਾ, ਅਤੇ ਸਾਲਨ ਸੁਲਨ ਪੱਕ ਗਿਆ ਹੈਗਾ, ਰੋਟੀਆਂ ਪੱਕ ਰਹੀਆਂ ਹੈਗੀਆਂ, ਅਤੇ ਜਿਵੇਂ ਪੱਕ ਜਾਂਦੀਆਂ ਨੇ ਤਮਾਮ ਭੈਣਾਂ ਭਾਈਆਂ ਨਾਲ ਮਿਲ ਕੇ ਇਨਸ਼ਾਅੱਲਾ ਜੋ ਹੈ ਨਾ ਖਾਣਾ ਜੋ ਹੈ ਨਾ ਖਾਵਾਂਗੇ ਇਨਸ਼ਾਅੱਲਾ। ਅਤੇ ਮੇਰੀ ਜ਼ਰੂਰਤ ਹੈ ਅੱਗ ਉੱਗ ਬਾਲਣ ਵਾਸਤੇ ਕਿ ਨਹੀਂ? ਹੈ, ਚਲੋ ਮੈਂ ਅੱਗ ਬਾਲਣਾ ਹੈਗਾ, ਅਤੇ ਅੱਗ ਵੀ ਮੈਨੂੰ ਲੱਗਦਾ ਮੁੱਝੀ ਪਈ ਹੈਗੀ, ਅਤੇ ਚਲੋ ਮੈਂ ਅੱਗ ਬਾਲਣਾ। ਹਾਂ ਕੰਡਿਆਂ ਦੀ ਇੱਕ ਬੰਦੇ ਦਾ ਵੱਸ ਦਾ ਰੋਗ ਹੀ ਨਹੀਂ, ਅਤੇ ਮੈਂ ਬਾਕੀ ਚਲੋ ਠੀਕ ਹੈ। ਬਾਕੀ ਮਾਸ਼ਾਅੱਲਾ ਆਏ ਅੰਮੀ ਹੋਰਾਂ ਦੀ ਰੋਟੀ ਹੈਗੀ, ਅੰਮੀ ਜਾਨ ਹੈਲੋ ਬਿਸਮਿਲਾ ਕਰਕੇ ਸੋਨੇ ਅੱਲਾਹ ਤਾਲਾ ਨੂੰ ਯਾਦ ਕਰਕੇ ਤੁਸੀਂ ਖਾਓ। ਅਤੇ ਆ ਹੈਗੀ ਮਾਸ਼ਾਅੱਲਾ ਮੇਰੀ ਰੋਟੀ, ਅਤੇ ਮੈਂ ਵੀ ਸੋਨੇ ਅੱਲਾਹ ਤਾਲਾ ਨੂੰ ਯਾਦ ਕਰਕੇ ਖਾਣਾ, ਦੋ ਦੋ ਕੰਮ ਕਰਨੇ, ਅਤੇ ਅੱਗ ਵੀ ਨਾਲ ਬਾਲਣੀ, ਭੁੱਖ ਨਾਲ ਤਾਂ ਅੱਜ ਅਖੀਰ ਹੋਈ ਹੋਈ ਮੇਰੀ, ਬਹੁਤ ਭੁੱਖ ਲੱਗੀ ਹੋਈ ਸੁਬਹਾ ਦੀ ਨਾ, ਸਿਰਫ ਚਾਹ ਪੀਣ ਤੋਂ ਬਾਅਦ ਹੁਣ ਰੋਟੀ ਖਾ ਰਹੇ ਹਾਂ ਅਤੇ ਇਸ ਟਾਈਮ। ਬਾਕੀ ਸ਼ੁਕਰ ਹੈ ਅੱਲਾਹ ਤਾਲਾ ਦਾ, ਲੱਖ ਲੱਖ ਸ਼ੁਕਰ ਹੈਗਾ, ਅਤੇ ਅੱਗ ਤਾਂ ਕਾਫੀ ਬਲਦੀ ਪਈ, ਅੱਗੇ ਕਰ ਦਿੰਦੇ ਹਾਂ ਵੈਸੇ ਇਹਨਾਂ ਨੂੰ, ਅਤੇ ਨਾਲ ਨਾਲ ਰੋਟੀ ਵੀ ਖਾਂਦੇ ਹਾਂ।